ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦਿੱਲੀ ਪੰਜਾਬ ਵੈਦਰ ਤੇ ਤੇ ਲੈ ਕੇ ਆਪਾਂ ਹਾਜ਼ਰ ਹੋਏ ਜੀ 20 ਅਤੇ 21 ਜੂਨ ਦੇ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਲਓ ਜੀ ਹੁਣੇ-ਹੁਣੇ ਅੱਜ ਸਨੇ ਕੱਲ ਦੇ ਪੰਜਾਬ ਦੇ ਮੌਸਮ ਬਾਰੇ ਮੌਸਮ ਭਾਗ ਵੱਲੋਂ ਆਗੀ ਵੱਡੀ ਚੇਤਾਵਨੀ ਜੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਵੇਗਾ ਭਾਰੀ ਮੀਂਹ ਤੇ ਚੱਲਣਗੇ ਧੂੜ ਭਰੀਆਂ ਹਨੇਰੀਆਂ ਬਹੁਤ ਹੀ ਵੱਡੀ ਖਬਰ ਹੈ ਮੌਸਮ ਦੇ ਸਬੰਧੀ ਤਾਂ ਸਰੋਤੇ ਵੀਰੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਹੰਤਕ ਜ਼ਰੂਰ ਧਿਆਨ ਨਾਲ ਸੁਣ ਲੈਣਾ ਤਾਂ ਜੋ ਤੁਹਾਨੂੰ ਆਪਣੇ-ਆਪਣੇ ਜ਼ਿਲ੍ਹਿਆਂ ਦੇ ਮੌਸਮ ਦੀ ਜਾਣਕਾਰੀ ਪਤਾ ਲੱਗ ਸਕੇ ਤੇ ਜਿੰਨਾ ਵੀਰਾਂ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਖਾਸ ਤੌਰ ਤੇ ਨਾਲ ਦਿੱਤੀ ਗਿਆ ਨੋਟੀਫਿਕੇਸ਼ਨ ਬੱਲੇ ਨੂੰ ਵੀ ਦਬਾ ਦਿਓ ਤਾਂ ਜੋ ਇਸੇ ਤਰ੍ਹਾਂ ਦੀ ਹਰ ਇੱਕ ਤਾਜ਼ਾ ਤੇ ਹਰ ਇੱਕ ਵੱਡੀ ਖਬਰ ਤੁਹਾਨੂੰ ਮਿਲ ਜਾਏ ਕਰੇ ਸੋ ਦੋਸਤੋ ਵੱਡੀ ਖਬਰ ਲੈ ਕੇ ਪੇਸ਼ ਹੋਏ ਹਾਂ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਇਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਲਗਾਤਾਰ ਬਦਲਵਾਈ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਗਰਮੀ ਤੋਂ ਰਾਹਤ ਵੀ ਆਪਾਂ ਨੂੰ ਮਿਲੀ ਹੈ ਤੇ ਨਾਲ ਹੀ ਬਰਸਾਤੀ ਕਾਰਵਾਈਆਂ ਵੀ ਹੋਈਆਂ ਨੇ ਪਰ ਗੱਲ ਕਰੀਏ ਜੇਕਰ ਆਪਾਂ ਅੱਜ ਦੇ ਪੰਜਾਬ ਦੇ ਮੌਸਮ ਦੀ ਯਾਨੀ ਕਿ 20 ਜੂਨ ਦੇ ਪੰਜਾਬ ਦੇ ਮੌਸਮ ਦੀ ਤਾਂ ਪਹਿਲਾਂ ਗੱਲ ਕਰੀਏ ਜਿਵੇਂ ਕਿ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮਾਨਸਾ ਸੰਗਰੂਰ ਬਰਨਾਲਾ ਪਟਿਆਲਾ ਮੋਗਾ ਬੋਹਰ ਮਲੂਟ ਰਾਮਪੁਰਾ ਮੰਡੀ ਗਿੱਦੜਵਾਹਾ ਮੰਡੀ ਤਾਂ ਇਹਨਾਂ ਨਾਲ ਕਿੰਦੀ ਜੇਕਰ ਗੱਲ ਕਰੀ ਜਾਵੇ ਤਾਂ ਦੱਸ ਦਿਓ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਹੈ ਜਿਹੜਾ ਸਰੋਤੇ ਵੀਰੋ ਅੱਜ ਪੂਰਾ ਦਿਨ ਆਪਾਂ ਨੂੰ ਬੱਦਲਵਾਈ ਫਿਰ ਤੋਂ ਦੇਖਣ ਨੂੰ ਮਿਲ ਸਕਦੀ ਹੈ ਜੀ ਹਾਂ ਦੋਸਤੋ ਬੱਦਲਵਾਈ ਦੇ ਅਸਰ ਰਹਿਣਗੇ ਹਾਲਾਂਕਿ ਕੁਝ ਥਾਵਾਂ ਵਿੱਚ ਧੁੱਪ ਵੀ ਨਿਕਲੇਗੀ ਆਪਾਂ ਇਹ ਨਹੀਂ ਕਹਿ ਰਹੇ ਕਿ ਸਾਰੇ ਹਿੱਸੇ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਬੱਦਲਵਾਈ ਬਣੇਗੀ ਧੁੱਪ ਦੇ ਵੀ ਅਸਰ ਜ਼ਰੂਰ ਰਹਿਣਗੇ ਤੇ ਜੇਕਰ ਗੱਲ ਕਰੀਏ ਮੀਂਹ ਦੀ ਤਾਂ ਮੀਂਹ ਦੇ ਅਸਰ ਫਿਲਹਾਲ ਅੱਜ ਜਿਹੜੇ ਘਟ ਰਹਿਣਗੇ ਸਰੋਤ ਵੀਰੋ ਜੀ ਹਾਂ ਦੋਸਤੋ ਅੱਜ ਮੀਂਹ ਦੇ ਅਸਰ ਘਟ ਜਤਾਏਗੇ ਨੇ ਮੌਸਮ ਭਾਗ ਵੱਲੋਂ ਕੁਝ ਥਾਵਾਂ ਤੇ ਬੂੰਦਾਬੰਦੀ ਹੋ ਸਕਦੀ ਹੈ ਪਰ ਇਸ ਤੋਂ ਵੱਧ ਕੋਈ ਭਾਰੀ ਮੀਂਹ ਦੇ ਅਸਰ ਨਹੀਂ ਹਨ ਗੱਲ ਕਰੀਏ ਅਗਲੇ ਜ਼ਿਲ੍ਹਿਆਂ ਦੀ ਜਿਵੇਂ ਕਿ ਗੁਰਦਾਸਪੁਰ ਪਠਾਨਕੋਟ ਸ਼ਿਰੀ ਅਮਰਤਸਰ ਸਾਹਿਬ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਰੂਪਨਗਰ ਫਤਈਗੜ੍ਹ ਸਾਹਿਬ ਤਰਨਤਾਰਨ ਚੰਡੀਗੜ੍ਹ ਮੁਹਾਲੀ ਲੁਧਿਆਣਾ ਐਸਐਸ ਨਗਰ ਤੂਰੀ ਸ਼ਹਿਰ ਇਨ੍ਹਾਂ ਹਿੱਸਿਆਂ ਦੇ ਵਿੱਚ ਵੀ ਮੌਸਮ ਦੀ ਬਦਲਵਾਈ ਵਾਲਾ ਰਹਿ ਸਕਦੇ ਤੇ ਮੀਂਹ ਦੀ ਸੰਭਾਵਨਾ ਜਰੂਰ ਹੋਵੇਗੀ ਹਲਕੇ ਤੋਂ ਦਰਮਿਆਨੇ ਵੀ ਆਪਾਂ ਨੂੰ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਸੋ ਇਹ ਸੀ ਜੀ ਅੱਜ ਦੇ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਕੱਲ ਦਾ ਮੌਸਮ ਵੀ ਆਪਾਂ ਨੂੰ ਮੀਂਹ ਵਾਲਾ ਦੇਖਣ ਨੂੰ ਮਿਲੇਗਾ ਜੀ ਪੂਰੀ ਜਾਣਕਾਰੀ ਕੱਲੂ ਦੇ ਦਵਾਵਾਂਗੇ ਹੁੰਦੀ ਜਾਣਕਾਰੀ ਇਹੀ ਸੀ ਵੀਡੀਓ ਨੂੰ ਸ਼ੇਅਰ ਦੋਸਤੋ ਜਰੂਰ ਕਰ ਦੇਣਾ ਜੀ ਅੱਗੇ ਵੱਧ ਤੋਂ ਵੱਧ ਧੰਨਵਾਦ ਜੀ